ਨੋਟਬੰਦੀ ਦੇ ਦਰਮਿਆਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਜਨਤਾ ਦੇ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਲੋਕ ਆਪਣਾ ਹੀ ਸੇਵ ਕੀਤਾ ਹੋਇਆ ਪੈਸਾ ਬੈਂਕ ਵਿੱਚ ਜਮ੍ਹਾਂ ਕਰਵਾਉਣਗੇ ਤਾਂ ਲੋਕਾਂ ਨੂੰ ਕੋਈ ਵੀ ਕਰ ਵਿਭਾਗ ਅਧਿਕਾਰੀ ਨੋਟਿਸ ਕੱਢ ਕੇ ਤੰਗ ਪਰੇਸ਼ਾਨ ਨਹੀਂ ਕਰੇਗਾ। ਮੋਦੀ ਅਤੇ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਲੋਕਾਂ ਨੂੰ ਇਹ ਯਕੀਨ ਬਣਾਇਆ ਸੀ ਕਿ ਕਿਸੇ ਵੀ ਗਰੀਬ ਜਾਂ ਇੱਕ ਨੰਬਰ ਵਿੱਚ ਸੇਵ ਕੀਤੇ ਗਏ ਪੈਸੇ ਨੂੰ ਬੈਂਕ ਦੇ ਵਿੱਚ ਜਮ੍ਹਾਂ ਕਰਵਾਉਣ ਤੇ ਕੋਈ ਨੋਟਿਸ ਨਹੀਂ ਨਿਕਲੇਗਾ ਤੇ ਹਰੇਕ ਨਾਗਰਿਕ ਨੂੰ ਪੈਨ ਕਾਰਡ ਜਮ੍ਹਾਂ ਕਰਵਾਉਣਾ ਲਾਜ਼ਮੀ ਹੋਵੇਗਾ। ਦੂਜੇ ਪਾਸੇ ਜਿਵੇਂ ਹੀ ਲੋਕਾਂ ਨੇ ਆਪਣੇ ਬੈਂਕ ਖਾਤਿਆਂ ਵਿੱਚ ਬਚਾ ਕੇ ਰੱਖੇ ਹੋਏ ਪੈਸੇ ਜਮ੍ਹਾਂ ਕਰਵਾਏ ਤਾਂ ਇਨਕਮ ਟੈਕਸ ਵਿਭਾਗ ਨੇ ਤੁਰੰਤ ਹਰੇਕ ਬੇਕਸੂਰ ਲੋਕਾਂ ਨੂੰ ਨੋਟਿਸ ਕੱਢ ਦਿੱਤੇ। ਇਨਕਮ ਟੈਕਸ ਕਾਨੂੰਨ ਦੇ ਮੁਤਾਬਿਕ ਕਰਦਾਤਾ ਨੂੰ ਹਰ ਸਾਲ 31 ਮਾਰਚ ਤੋਂ ਬਾਅਦ ਇਨਕਮ ਟੈਕਸ ਰਿਟਰਨ ਫਾਈਲ ਕਰਨ ਪਿੱਛੋਂ ਨੋਟਿਸ ਜਾਰੀ ਹੁੰਦੇ ਨੇ, ਪਰ ਇਸ ਵਾਰ ਇਨਕਮ ਟੈਕਸ ਵਿਭਾਗ ਵੱਲੋਂ 31 ਮਾਰਚ ਤੋਂ ਪਹਿਲਾਂ ਹੀ ਨੋਟਿਸ ਕੱਢ ਦਿੱਤੇ ਗਏ। ਪਿਛਲੇ ਦਿਨੀ ਇਸ ਸੰਬੰਧ ਦੇ ਵਿੱਚ ਕਾਂਗਰਸ ਦੇ ਲੀਡਰ ਦਿਗਵਿਜੇ ਨੇ ਆਪਣੀ ਸਟੇਟਮੈਂਟ ਦਿੱਤੀ ਸੀ ਤੇ ਕਿਸੇ ਵੱਡੇ ਘਪਲੇ ਦੇ ਵੱਲ ਇਸ਼ਾਰਾ ਵੀ ਕੀਤਾ ਸੀ ਤੇ ਮੋਦੀ ਸਰਕਾਰ ਦੇ ਉੱਪਰ ਵੀ ਜ਼ਬਰਦਸਤੀ ਕਰਨ ਦੇ ਦੋਸ਼ ਲਗਾਏ ਸਨ। ਜਦੋਂ ਇਸ ਮਾਮਲੇ ਦੇ ਸੰਬੰਧ ਦੇ ਵਿੱਚ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਇਸ ਸਾਰੇ ਮਾਮਲੇ ਦੇ ਬਾਰੇ ਉੱਚ ਅਧਿਕਾਰੀਆਂ ਨਾਲ ਗੱਲ ਕਰਨ ਨੂੰ ਆਖ ਦਿੱਤਾ, ਪਰ ਜਦੋਂ ਇਸ ਬਾਰੇ ਉੱਚ ਅਧਿਕਾਰੀਆਂ ਨੂੰ ਫੋਨ ਲਗਾ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਫੋਨ ਚੁੱਕਣਾ ਮੁਨਾਸਿਬ ਨਾ ਸਮਝਿਆ। ਵਪਾਰੀਓਂ ਕੋ ਗੁੰਮਰਾਹ ਕਰਨੇ ਜੋ ਖੇਲ ਚੱਲ ਰਹੇ ਹੈ, ਆਪ ਚਿੰਤਾ ਮੁਕਤ ਹੋ ਜਾਈਏ। ਔਰ ਹਮੇ ਬਤਾਇਆ ਇਨਕਮ ਟੈਕਸ ਅਫਸਰੋਂ ਕੋ, ਕੋਈ ਇਨਕਮ ਟੈਕਸ ਅਫਸਰ ਜਾਏਗਾ ਨਹੀਂ। ਅਗਰ ਆਪਕੇ ਮਨ ਮੇ ਕੋਈ ਸ਼ੰਕਾ ਹੈ, ਐਸ ਐਮ ਐਸ ਭੇਜ ਦੋ, ਈਮੇਲ ਭੇਜ ਦੋ, ਵੋ ਰੂਬਰੂ ਨਹੀਂ ਆਏ। ਓਡੀਓ ਜੰਗਲ।